2 ਨਵੰਬਰ ਨੂੰ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰ ਦਾ ਇਲਜ਼ਾਮ ਇਹ ਵੀ ਹੈ ਕਿ ਨੌਜਵਾਨ ਦਾ ਕਤਲ ਤੋਂ ਪਹਿਲਾਂ ਇਸ ਘਰ ਦੀ ਪਹਿਲੇ ਧੀ ਮਾਰੀ ਜਾਂਦੀ ਉਹਨਾਂ ਵੱਲੋਂ ਤਾਂ ਉਸ ਤੋਂ ਬਾਅਦ ਜਦੋਂ ਧੀ ਦਾ ਇਨਸਾਫ ਲੈਣ ਵਾਸਤੇ ਭਰਾ ਅਗਾਹ ਵਾਦਦਾ ਤਾਂ ਫਿਰ ਭਰਾ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ ਦਹਿਸ਼ਤ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਸ਼ਾਇਦ ਉਹਨਾਂ ਹਥਿਆਰਿਆਂ ਦੀ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਮੇਰੀ ਭੈਣ ਦਾ ਕਤਲ ਹੋ ਗਿਆ ਨੀਲਾ ਨੀਲਾ ਤੋਤਾ ਖਵਾਤਾ ਸਾਰਾ ਸਰੀਰ ਉਹਦਾ ਨੀਲਾ ਹੋ ਗਿਆ ਕੁੜੀ ਦਾ ਕੱਲਾ ਕੱਲਾ ਮੇਰਾ ਪਰਾਂ ਹੀ ਚਾਰ ਪੈਣਾ ਦਾ ਪਰਾਂ ਹੀ ਮੇਰਾ ਮਾਪਾ ਕੀ ਕਰੀ ਸਾਡਾ ਦੇ ਘਰ ਪੁੱਠਾ ਪੈ ਗਿਆ ਆਪਾਂ ਕੀ ਕਰਾਂਗੇ ਕਿ ਚਲੋ ਤਰਸ ਆ ਜਾਂਦਾ ਕਿ ਇਹਨੂੰ ਆ ਤੇ ਮੱਲੇ ਵਾਲਿਆਂ ਨੇ ਕਿ ਇਹਨੇ ਉਹ ਲੱਗੇ ਵੇਖਦੇ ਰਹੇ ਆ ਕਿ ਕਦੋਂ ਇਹਦੀ ਮੌਤ ਹੋਵੇ ਰੋਜ਼ ਗੋਲੀਆਂ ਚੱਲਦੀਆਂ ਨੇ ਜਾਨ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਪਿਆ ਨੇ ਡਕੈਤੀਆਂ ਚੋਰੀਆਂ ਆਮ ਹੋ ਚੁੱਕਿਆ ਲੱਗਦਾ ਪਿਆ ਅੰਮ੍ਰਿਤਸਰ ਨੂੰ ਕ੍ਰਾਈਮ ਸਿਟੀ ਦਾ ਨਾਮ ਦੇ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਘਟਨਾਵਾਂ ਵਾਪਰਦੀਆਂ ਚਾਰ ਭੈਣਾਂ ਦਾ ਇੱਕੋ ਇੱਕ ਭਰਾ ਸੀ ਜਿਹਦਾ ਕਤਲ ਹੋ ਗਿਆ ਅੱਜ ਪਿਓ ਦੇ ਬਾਹਾਂ ਦੇ ਵਿੱਚ ਤੇ ਪੈਰ ਲੱਤਾਂ ਦੇ ਵਿੱਚ ਪਲੇਟਾਂ ਪਈਆਂ ਨੇ ਸ਼ਾਇਦ ਉਹ ਵੀ ਫ੍ਰੈਕਚਰ ਨੇ ਉਹਨਾਂ ਦੀ ਹੱਡੀ ਹੋਈ ਸੀ ਫ੍ਰੈਕਚਰ ਤਾਂ ਉਹ ਵੀ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਨੇ ਕਮਾਈ ਨਹੀਂ ਕਰ ਸਕਦੇ ਆ ਗੋਂ ਇਲਾਕਿਆਂ ਨੂੰ ਵੀ ਪਿੰਡ ਵਾਲਿਆਂ ਨੂੰ ਹਰ ਗਵਾਂਡ ਨੂੰ ਇਹ ਦੱਸ ਦਵਾਂਗੇ ਕਿ ਜਦੋਂ ਵੀ ਕੋਈ ਕਿਸੇ ਨਾਲ ਜ਼ਿਆਸਤੀ ਕਰਦਾ ਉਹਨੂੰ ਇੱਟ ਦਾ ਜਵਾਬ ਪੱਥਰ ਜ਼ਰੂਰ ਦੇਣਾ ਚਾਹੀਏ ਜੋ ਮਰਜ਼ੀ ਹੋ ਜਾਵੇ ਕਿਉਂਕਿ ਜੇ ਕੋਈ ਇੱਕ ਖੂਨ ਕਰਦਾ ਨਾ ਤੇ 10 ਖੂਨ ਕਰਨੇ ਹੀ ਕਰਨੇ ਨੇ ਚਾਹੇ ਕੋਈ ਨਹੀਂ ਕਿਉਂਕਿ ਸਜ਼ਾ ਤੇ ਇੱਕੋ ਹੀ ਮਿਲਣੀ ਹੈ। ਬਾਕੀ ਸਾਨੂੰ ਕਿਸੇ ਗੱਲ ਦਾ ਕੋਈ ਲਾਲਚ ਨਹੀਂ ਹੈਗਾ ਅਸੀਂ ਆਪਣੇ ਮੁੰਡੇ ਦਾ ਇਨਸਾਫ ਲੈਣਾ ਤੇ ਲੈਣਾ ਠੋਕ ਕੇ। ਕੱਲਾ ਕੱਲਾ ਭਰਾ ਸੀ ਮਾਂ-ਬਾਪ ਜਿਹੜੇ ਨੇ ਉਸ ਨੌਜਵਾਨ ਦੇ ਸਿਰ ਦੇ ਉੱਤੇ ਉਡਾਰੀਆਂ ਮਾਰਦੇ ਸਨ ਰਿਸ਼ਤਾ ਹੋਇਆ ਸੀ 15 ਦਿਨ ਬਾਅਦ ਉਹਦਾ ਵਿਆਹ ਸੀ ਤਾਂ ਇਹ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਇੱਕਦਮ ਦੇ ਇੱਕਦਮ ਗਮ ਦੇ ਵਿੱਚ ਤਬਦੀਲ ਹੋ ਗਈਆਂ ਤੇ वा को පगी कर मගේ ස चा ගේ මोකझදරगी बा जा ශ්िया पजा හ මර ප ਗੋਟ ਮਿਤ ਸਿੰਘ ਖਾਸਾ ਨਗਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਇੱਕ ਪਰਿਵਾਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਤਾਂ ਦੱਸ ਦਿੰਨੇ ਆ ਮਾਮਲਾ ਕੀ ਹੈ ਕਿ 2 ਸਤੰਬਰ ਨੂੰ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਪਰਿਵਾਰ ਦਾ ਇਲਜ਼ਾਮ ਇਹ ਵੀ ਹੈ ਕਿ ਨੌਜਵਾਨ ਦਾ ਕਤਲ ਤੋਂ ਪਹਿਲਾਂ ਇਸ ਘਰ ਦੀ ਪਹਿਲੇ ਧੀ ਮਾਰੀ ਜਾਂਦੀ ਉਹਨਾਂ ਵੱਲੋਂ ਤਾਂ ਉਸ ਤੋਂ ਬਾਅਦ ਜਦੋਂ ਧੀ ਦਾ ਇਨਸਾਫ ਲੈਣ ਵਾਸਤੇ ਭਰਾ ਅਗਾਹਵਾਦਦਾ ਤਾਂ ਫਿਰ ਭਰਾ ਦਾ ਵੀ ਕਤਲ ਕਰ ਦਿੱਤਾ ਜਾਂਦਾ ਹੈ ਦਹਸ਼ਤ ਜੜੀਆ ਇਸ ਇਲਾਕੇ ਦੇ ਵਿੱਚ ਸ਼ਾਇਦ ਉਹਨਾਂ ਹਥਿਆਰਿਆਂ ਦੀ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਕਤਲ ਕਰ ਦੇਣਾ ਤਾਂ ਪੁਲਿਸ ਜਿਹੜੀ ਹੈ ਅਜੇ ਤੱਕ ਹੱਥ ਖਾਲੀ ਧਾਕੇ ਬੈਠੀ ਹੋਈ ਹੈ ਇਸ ਪਰਿਵਾਰ ਦਾ ਕਿਤਨਾ ਕਿਤੇ ਇਲਜ਼ਾਮ ਹੈ ਤਾਂ ਇਹ ਉਹ ਨੌਜਵਾਨ ਹੈ ਜਦੀ ਤਸਵੀਰ ਮਾਂ ਆਪਣੀ ਹਿੱਕ ਦੇ ਨਾਲ ਲਾ ਕੇ ਬੈਠੀ ਆ ਤਾਂ ਕੀਆ ਜਾ ਰਿਹਾ ਕਿ ਇਹਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਸੀ ਇਹਦੀ ਮੌਤ ਤੋਂ 15 ਦਿਨ ਜਦੋਂ ਮੌਤ ਹੋਈ ਆ ਉਸ ਤੋਂ ਅਗਲੇ 15 ਦਿਨ ਦੇ ਵਿੱਚ ਇਹਦਾ ਵਿਆਹ ਵੀ ਸੀ ਰਿਸ਼ਤਾ ਵੀ ਇਹਦਾ ਤੈਅ ਕਰ ਦਿੱਤਾ ਗਿਆ ਸੀ ਉਹ ਵੀ ਤੁਹਾਨੂੰ ਇੱਕ ਤਸਵੀਰ ਮੈਂ ਜ਼ਰੂਰ ਸਾਂਝੀ ਕਰਦਾ ਕਿ ਜਿਹੜਾ ਨੌਜਵਾਨ ਦਾ ਕਿਸ ਤਰੀਕੇ ਨਾਲ ਰਿਸ਼ਤਾ ਕੀਤਾ ਜਾਂਦਾ ਮੰਗਣੀ ਕੀਤੀ ਗਈ ਸੀ ਤਾਂ ਪਰਿਵਾਰ ਇਹ ਵੀ ਸਦਮਾ ਕਿਤਨਾ ਕਿਤੇ ਲਗਾ ਕੇ ਬੈਠਾ ਕਿ ਕਿਸ ਤਰ੍ਹਾਂ ਇਹ ਜਿਹੜੀ ਘਟਨਾ ਵਾਪਰ ਗਈ ਆ ਸਵਾਲ ਇੱਥੇ ਇਹ ਖੜੇ ਹੋ ਰਹੇ ਨੇ ਕਿ ਪੁਲਿਸ ਵੱਲੋਂ ਕੋਈ ਇਨਸਾਫ ਨਹੀਂ ਦਿੱਤਾ ਗਿਆ ਇਹ ਪਰਿਵਾਰ ਜਿਹੜਾ ਹੈ ਕਹਿੰਦਾ ਪਿਆ ਕਿ ਪੁਲਿਸ ਜਿਹੜੀ ਹੈ ਉਹ ਕਦੋਂ ਇਨਸਾਫ ਦੇਗੀ ਤਾਂ ਤਨ ਉਹ ਵੀ ਦਿਖਾ ਦਿੰਨੇ ਆ ਦੇਖੋ ਇਸ ਮੁੰਡੇ ਦਾ ਰਿਸ਼ਤਾ ਹੋਇਆ ਸੀ ਡੱਬਾ ਵਟਾਇਆ ਗਿਆ ਮੰਗਣੀ ਹੋ ਗਈ ਤਾਂ ਹੁਣ 15 ਦਿਨਾਂ ਬਾਅਦ ਵਿਆਹ ਸੀ ਤੇ ਆ ਦੇਖੋ ਇਹ ਨੌਜਵਾਨ ਆ ਤਾਂ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਅਜੇ ਤੱਕ ਇਸ ਪਰਿਵਾਰ ਦੇ ਕੋਲ ਅਸੀਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਫਿਲਹਾਲ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਤਸਵੀਰ ਭਾਬੂ ਕਰਦੀ ਪਈ ਆ ਕਿ 15 ਦਿਨਾਂ ਬਾਅਦ ਵਿਆਹ ਸੀ ਪਰ ਕਤਲ ਕਰ ਦਿੱਤਾ ਜਾਂਦਾ ਹੈ ਜਿਹੜੇ ਦੋਸ਼ੀ ਨੇ ਉਹਨਾਂ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਮੌਤੇ ਘਾਟਤਾ ਦਿੱਤਾ ਜਾਂਦਾ ਤਾਂ ਪਹਿਲਾ ਭੈਣ ਮੌਜੂਦ ਹੈ ਲੜਕੇ ਦੀ ਜਿਹਦਾ ਕਤਲ ਹੋਇਆ ਕਿਸ ਤਰ੍ਹਾਂ ਹੋਇਆ ਕਿੰਜ ਹੋਇਆ ਇਹ ਸਾਰੀ ਜਾਣਕਾਰੀ ਅਸੀਂ ਸਾਂਝੀ ਕਰ ਲੈਣੇ ਆ ਅੱਜ ਪ੍ਰੈਸ ਕਾਨਫਰੰਸ ਕਰਦੇ ਪਿਓ ਤੁਸੀਂ ਕੀ ਹੋਇਆ ਕੀ ਸੀ ਨੌਜਵਾਨ ਦਾ ਨਾਮ ਕੀ ਜਿਹਦਾ ਕਤਲ ਸੀ ਕੁਮਾਰ ਮੈਂ ਆਦੀ ਵੱਡੀ ਭੈਣ ਬੋਲਦੀ ਆ ਅੱਛਾ ਕੀ ਹੋਇਆ ਕੀ ਸੀ ਕਾਰਨ ਕੀ ਰਿਹਾ ਕਤਲ ਦਾ ਇਹ ਮਤਲਬ ਕਿ ਇਹ ਸੋਚਦਾ ਸੀ ਕਿ ਮਤਲਬ ਕਿ ਮੇਰੇ ਤੋਂ ਨੌਜਵਾਨ ਕੋਈ ਨਹੀਂ ਠਿੰਡਾ ਕਹਿੰਦਾ ਸੀ ਨਿਸ਼ਾਨ ਕਹਿੰਦਾ ਸੀ ਕਿ ਮੇਰੇ ਭਰਾ ਨੇ ਚਲੋ ਜਿੱਦਾਂ ਮਰਜ਼ੀ ਐ ਮੇਰਾ ਭਰਾ ਮੈਂ ਵਿਸਥਾਰ ਦੇ ਵਿੱਚ ਸੁਣਾ ਜਾਵਾਂਗੇ ਦਰਸ਼ਕ ਹਜ਼ਾਰਾਂ ਲੋਕ ਦੇਖਤੇ ਪਏ ਨੇ ਵਿਸਥਾਰ ਦੇ ਵਿੱਚ ਮੈਂ ਸੁਣਾ ਚਾਹਾਂਗਾ ਕਿ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਸਾਡੀ ਕੁੜੀ ਦਾ ਕਤਲ ਹੋਇਆ ਉੱਥੋਂ ਮੈਨੂੰ ਦੱਸੋ ਕਿ ਕੀ ਹੋਇਆ ਸੀ ਕਿਹੜੇ ਦੇ ਨਾਲ ਇਹ ਪਹਿਲੀ ਗੱਲ ਤੇ ਲੱਕੀ ਨੇ ਕਿਹਾ ਸੀ ਲੱਕੀ ਨੇ ਕਿਹਾ ਹੈ ਕਿ ਮੈਂ ਵਿਆਹ ਲੱਕੀ ਜਿਹਦੇ ਦਾਤਰਮਾ ਰਹੀ ਨੇ ਪਹਿਲਾਂ ਹਾਂਜੀ ਆਪਾਂ ਜ਼ਮਾਨਤ ਕਰਾ ਕੇ ਆਏ ਆ 2000 20000 ਰੁਪਿਆ ਪਾ ਦਿੱਤਾ ਜ਼ਮਾਨਤ ਕਰਾਉਣ ਦਾ ਤੀਜੇ ਦਿਨ ਕੋਈ ਨਹੀਂ ਜ਼ਮਾਨਤ ਕਰਾ ਸਕਦਾ ਆਪਾਂ ਲੈ ਕੇ ਆਏ ਮੈਂ ਭਰਾ ਨੂੰ ਆਪਾਂ ਮੈਂ ਲੈ ਕੇ ਆਈ ਮੰਮੀ ਗਈ ਮੇਰੇ ਨਾਲ ਠੀਕ ਐ ਉਹ ਤੋਂ ਬਾਅਦ ਇਹਨੇ ਮੁੰਡੇ ਨੂੰ ਇੰਨਾ ਪਰੇਸ਼ਾਨ ਕੀਤਾ ਸੀ ਵੀ ਕੀ ਤੇ ਜਾਣਦੇ ਹੁੰਦੇ ਕੰਮ ਤੋਂ ਆਂਦਾ ਹੁੰਦਾ ਪਰੇਸ਼ਾਨ ਕਿਸ وجہ ਤੋਂ ਕਰਦੇ ਸੀ ਇਹ ਕਹਿੰਦੇ ਸੀ ਕਿ ਤੇਰੀ ਭੈਣ ਦਾ ਕਤਲ ਹੋਇਆ ਨਾ ਹੁਣ ਤੇਰਾ ਵੀ ਕਿਤੇ ਨਹੀਂ ਗਿਆ ਭੈਣ ਦਾ ਕਤਲ ਕਿਉਂ ਕੀਤਾ ਉਹਨਾਂ ਨੇ ਕੀ ਵਿਆਹ ਕਰਕੇ ਹੀ ਕੀ ਉਹ ਕਹਿੰਦਾ ਕਿ ਮੈਂ ਤੇ ਸਾਰੀ ਗੱਲ ਦੱਸੂ ਹਾਂਜੀ ਹਾਂਜੀ ਕਿ ਉਹ ਕਿਹੜੇ ਲੜਕੇ ਦੇ ਨਾਲ ਤੁਹਾਡੀ ਜਿਹੜੀ ਲੜਕੀ ਆ ਉਹਦੀ ਫਰੈਂਡਸ਼ਿਪ ਹੈਗੀ ਸੀ ਹਾਂਜੀ ਹਾਂਜੀ 4 ਸਾਲ ਰਹੀ ਆ ਠੀਕ ਹੈ ਮੇਰੀ ਮਾਂ ਨੇ ਕਿਹਾ ਕਿ ਚਲੋ ਤੇਰਾ ਰਿਸ਼ਤਾਵਾ ਚਲ ਤੂੰ ਵਧੀਆ ਰਹਿ ਸਕਦੀ ਤੇ ਰਹਿ ਲੈ ਠੀਕ ਹੈ ਲੇਕਿਨ ਇਹ ਮੁੰਡੇ ਨੇ ਇੰਨਾ ਤੰਗ ਕੀਤਾ ਮੇਰੀ ਭੈਣ ਨੂੰ ਵੀ ਘਰੇ ਕੋਟ-ਕਟ ਕੇ ਜਾਂਦਾ ਰਿਹਾ ਇਹਨੂੰ ਅੱਛਾ ਠੀਕ ਹੈ ਲੇਕਿਨ ਹਾਂ ਮੇਰੀ ਮਾਂ ਨੇ ਕਦੀ ਸਾਨੂੰ ਚੀਜ ਤੱਕ ਨਹੀਂ ਆਂਦੇ ਤੀ ਜਿੱਥੇ ਅਪਾ ਕੁੱਟ ਖਾਂਦੇ ਰਹਿ ਇਨਾਂ ਦੀ ਠੀਕ ਹੈ ਸਾਨੂੰ ਕੋਈ ਮਤਲਬ ਨਹੀਂ ਅੱਛਾ ਲੜਕੀ ਦਾ ਕਤਲ ਕਿਸ ਤਰ੍ਹਾਂ ਕੀਤਾ ਪਹਿਲੇ ਲੜਕੀ ਦੇ ਕਤਲ ਦੇ ਪਰ ਇੰਨੇ ਕਿਹਾ ਇਹ ਰਾਜਸਥਾਨ ਚਲ ਗਿਆ ਰਾਜਸਥਾਨ ਜਾ ਕੇ ਇੰਨੇ ਜੀ 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 ਰਾਜਸਥਾਨ ਜਾ ਕੇ ਇੰਨੇ ਕਹਿੰਦੇ ਮੇਰਾ ਵਿਆਹ ਕਿਤੇ ਹੋਰ ਹੋਣ ਦਿਆ ਤੇ ਮੇਰੀ ਭੈਣ ਨੇ ਕਿਹਾ ਕਿ ਮੈਨੂੰ ਤੇ ਦੱਸ ਦਿੰਦਾ ਮੈਂ ਕਿਤੇ ਹੋਰ ਵਿਆਹ ਕਰਨ ਵਾਲੀ ਬੰਦੀ ਇਹ ਕਹਿੰਦਾ ਕਿ ਮੈਂ ਤੈਨੂੰ ਜ਼ਹਿਰ ਦਿੱਤਾ ਹੀ ਨਾ ਨੀਲਾ ਤੋਤਾ ਦਿੱਤਾ ਯੋ ਪੀ ਕੇ ਤੇ ਮਰ ਜਾ ਤੇ ਮੈਂ ਆ ਰਿਹਾ ਵਾਂ ਉਹ ਆਂਦੇ ਆਂਦੇ ਮੈਂ ਦੁਬਈ ਹੀ ਇਹ ਮੇਰੇ ਭਰਾ ਦਾ ਮੇਰੀ ਭੈਣ ਦਾ ਕਤਲ ਹੋ ਗਿਆ ਨੀਲਾ ਨੀਲਾ ਤੋਤਾ ਖਵਾਤਾ ਸਾਰਾ ਸਰੀਰ ਉਹਦਾ ਨੀਲਾ ਹੋ ਗਿਆ ਕੁੜੀ ਦਾ ਮੇਰੀ ਮਾਂ ਨੇ ਫੋਨ ਕੀਤਾ ਕਹਿੰਦੀ ਕੱਲ ਦੀ ਡੈਥ ਹੋ ਗਈ ਆ ਮੈਂ ਆਪ ਜਿਪ ਜਾਂਦੀ ਆਈ ਤੇ ਮੁੰਡਾ ਜਦੋਂ ਮੈਂ ਆਈ ਤੇ ਕੁੜੀ ਦੀ ਉਹ ਲਾਸ਼ ਨੇ ਨੀਲਾ ਤੋਤਾ ਖਾ ਲਿਆ ਹਾਂਜੀ ਹਾਂਜੀ ਖਾ ਲਿਆ ਉਸ ਤੋਂ ਬਾਅਦ ਫਿਰ ਇਸ ਭਰਾ ਦੇ ਦਿਮਾਗ 'ਚ ਆ ਗਿਆ ਕਿ ਕਿਉਂ ਮਾਰਿਆ ਹਾਂ ਬਸ ਮੇਰੇ ਭਰਾ ਨੇ ਇਸੇ ਕਰਕੇ ਇਹਨਾਂ ਨੂੰ ਕੁੱਟਿਆ ਵੀ ਵਾਧੂ ਵੱਢਿਆ ਪਹਿਲਾਂ ਪਹਿਲਾਂ ਕੁੱਟਿਆ ਉਹਨੇ ਲੇਕਿਨ ਹਾਂ ਮੈਂ ਕਹਿੰਨੀ ਕਿ ਥੋੜਾ ਬੋਤਾ ਹੁੰਦਾ ਥੋੜਾ ਬੋਤਾ ਕਰ ਦਿੰਦੇ ਆ ਆਪਾਂ ਬਚਾ ਲੈਂਦੇ ਲੇਕਿਨ ਇਹਨਾਂ ਨੇ ਕਤਲ ਹੀ ਕਰ ਦਿੱਤਾ ਕੱਲਾ ਕੱਲਾ ਮੇਰਾ ਭਰਾ ਹੀ ਚਾਰ ਭੈਣਾਂ ਦਾ ਭਰਾ ਹੀ ਮੇਰਾ ਆਪਾਂ ਕੀ ਕਰੀ ਸਾਡੇ ਘਰ ਪੁੱਠਾ ਪੈ ਗਿਆ ਆਪਾਂ ਕੀ ਕਰਾਂਗੇ ਵੱਡੀ ਗੱਲ ਹੈ ਕਿ ਦੇਖੋ ਇੱਕ ਭਰਾ ਦੇ ਸਾਹਮਣੇ ਉਹਦੀ ਭੈਣ ਨੇ ਜ਼ਹਿਰ ਖਾ ਲੇਤਾ ਮੌਤੇ ਘਾਟ ਪਹੁੰਚ ਗਈ ਤਾਂ ਉਹਦੇ ਉਹਨੂੰ ਦੁੱਖ ਤੇ ਲੱਗਣਾ ਹੀ ਸੀ ਉਹਨੇ ਉਸ ਚੀਜ਼ ਦੀ ਗੱਲ ਤੇ ਜ਼ਰੂਰ ਕਰਨੀ ਸੀ ਕਿ ਆਖਿਰਕਾਰ ਤੁਹਾਡੇ ਵਾਸਤੇ ਮੇਰੀ ਭੈਣ ਨੇ ਮੌਤ ਨੂੰ ਗੱਲ ਲਾ ਦਿੱਤਾ ਤਾਂ ਉਹਨੂੰ ਇਹ ਸਬਕ ਦਿੱਤਾ ਗਿਆ ਕਿ ਉਹਦੀ ਜਾਨ ਹੀ ਜੜੀ ਆ ਉਹ ਲੈ ਲਿਤੀ ਗਈ ਹੈ ਵੱਡਾ ਸਵਾਲ ਹੈ ਤਾਂ ਹੁਣ ਜਦੋਂ ਇਹਦੀ ਇਹਦੀ ਜਦੋਂ ਮੌਤ ਹੋਈ ਹੈ ਉਦੋਂ ਕੀ ਕੀ ਕਿਹੜੇ ਕਿਹੜੇ ਬੰਦੇ ਮੌਜੂਦ ਸਨ ਕਿਸ ਤਰੀਕੇ ਨਾਲ ਇਹਨੂੰ ਮੌਤੇ ਘਾਟਾ ਹੇ ਪਹਿਲਾਂ ਇਹਨਾਂ ਨੇ ਕਿਹਾ ਕਿ ਸ਼ਿਵਾ ਤੋਂ ਕੱਲਾ ਕਮ ਇਹ ਸਾਰੇ ਆਰਦੋਸ ਨਾਲ ਹੀ ਮੱਲੇ ਵਾਲੇ ਸਾਰੇ ਨਾਲ ਹੀ ਕਿਉਂਕਿ ਇਹਨਾਂ ਦੀ ਪਹਿਲਾ ਸਾਦੀਸ਼ ਹੋਈ ਦੀ ਦੋ ਤਰੀਕ ਨੂੰ ਮੇਰਾ ਭਰਾ ਦਾ ਮਰਡਰ ਹੋਇਆ ਇਹਨਾਂ ਨੇ ਇੱਕ ਤਰੀਕ ਨੂੰ ਸਤੰਬਰ ਨੂੰ ਸਾਰਾ ਕੁਝ ਕਰ ਦਿੱਤਾ ਫਾਈਨਲ ਕਰ ਲਿਆ ਆਪਣੀ ਕੀ ਸ਼ਿਵ ਨੂੰ ਕਿੱਦਾਂ ਮਾਰਨਾ ਜੇ ਸ਼ਿਵਾ ਬਚ ਜਾਂਦਾ ਮੈਂ ਕਹਿੰਨੀ ਹੋਂ ਨੇ ਇੱਕ ਅੱਧਾ ਲੈ ਕੇ ਮੰਨਣਾ ਹੀ ਇਹਨਾਂ ਨੇ ਇਨਸਾਫੀ ਵੇਖੀ ਇਨਸਾਫ ਤੋੜਤੇ ਸਭ ਕੁਝ ਕਾਨੂੰਨੀ ਹਰ ਕਾਰਵਾਈ ਨਹੀਂ ਹੋਉਂਦੀ ਬਿਲਕੁਲ ਵੀ ਜੇ ਪੁਲਿਸ ਨਾ ਚੱਲੀ ਨਾ ਮੈਂ ਕਮਿਸ਼ਨਰ ਤੱਕ ਜਾਊਂਗੀ ਮੈਂ ਬੜਾ ਕੁਛ ਕਰ ਸਕਦੀ ਮੇਰਾ ਕੱਲਾ ਕੱਲਾ ਪਰਾਈ ਜਦੋਂ ਜਦੋਂ ਕਤਲ ਕੀਤਾ ਵਾ ਕੀ ਉਹ ਘਰ ਆਏ ਸਨ ਇੱਥੋਂ ਲੈ ਕੇ ਗਏ ਸਨ ਸਾਰਾ ਦੱਸੋ ਨਾ ਲੁਕਾ ਮੇਰਾ ਭਰਾ ਮੈਂ ਉਦੋਂ ਭਿੱਖੀ ਵੈਂਡੀ ਆਪਣੀ ਮਾਸੀ ਕੋਲੇ ਤੇ ਮੈਂ ਤੇ ਮੰਮੀ ਗਏ ਦੇਹੀ ਤੇ ਸ਼ਿਵਾ ਵੀ ਸਾਡੇ ਨਾਲ ਹੀ ਤੇ ਇਹ ਮੈਨੂੰ ਕਹਿੰਦਾ ਮੈਨੂੰ ਨਹੀਂ ਪਤਾ ਤੇ ਮੈਨੂੰ ਕਰਾਇਆ ਦੇ ਮੈਂ ਘਰੇ ਜਾਣਾ ਕਹਿੰਦਾ ਆਪਾਂ ਕਰਾਇਆ ਤੇ ਥੋੜੀ ਰਹਿਣਦੇ ਆ ਆਪਣਾ ਘਰ ਆ ਤੇ ਘਰ ਨਹੀਂ ਛੱਡਣਾ ਚਾਹੀਦਾ ਮੈਂ ਚੱਲ ਤੂੰ ਜਲ ਜਾ ਮੈਂ ਮੈਨੂੰ ਕੋਈ ਗੱਲ ਨਾ ਕਹੇ ਮੈਂ ਮੰਮੀ ਨੂੰ ਸੰਭਾਲ ਲਾ ਕੇ ਤੈਨੂੰ ਸੰਭਾਲ ਲਾ ਮੈਂ ਤਾਂ ਪਾਗਲ ਹੋ ਜਾਣਾ ਏ ਕਹੀ ਜਾਂਦੇ ਨਹੀਂ ਮੈਨੂੰ ਘਰ ਜਾਂਦੇ ਮੁੰਡਾ ਘਰੇ ਆਇਆ ਵਾ ਬਸ ਨਾ ਚਾਹ ਚ ਪੀਤੀ ਤੇ ਡਾਡੀ ਡਾਡੀ ਨੂੰ ਕਹਿੰਦੇ ਆ ਡਾਡੀ ਮੇਰਾ ਮਿੰਨੀ ਆਟੋ ਚ ਲੰਦਾ ਠੀਕ ਹੈ ਉਹਦੀ ਲਾਤਾਂ ਪਲੇਟਾਂ ਟੁੱਟੀਆਂ ਪਈਆਂ ਸਾਰੀਆਂ ਠੀਕ ਹੈ ਮੇਰਾ ਡੈਡੀ ਕਮਾਣ ਵਾਲਾ ਨਹੀਂ ਹੈ ਇਸ ਟਾਈਮ ਹੁਣ ਮੇਰਾ ਭਰਾ ਕਮਾਂਦਾ ਹੈ ਠੀਕ ਹੈ ਉਹਨੂੰ ਮੈਂ ਦਿੱਤਾ ਕਰਾਇਆ ਮੈਂ ਕਿਹਾ ਚੱਲ ਤੂੰ ਘਰ ਚੱਲ ਜਾ ਲੇਕਿਨ ਬਾਹਰ ਨਾ ਨਿਕਲੀ ਤੂੰ ਇਹਨਾਂ ਨੇ ਸੋਚਿਆ ਹੋਇਆ ਕੱਲ ਮੈਨੂੰ ਫੋਨ ਵੀ ਬੜਿਆ ਇਹ ਮੱਲੇ ਚੋਂ ਅਨੂ ਤੂੰ ਭਰਾ ਆਪਣੇ ਨੂੰ ਬਚਾਲਾ ਲੇਕਿਨ ਨਹੀਂ ਇਹਨਾਂ ਨੇ ਉਹਨੇ ਕੀ ਕੀਤਾ ਜਦਾਂ ਹਣ ਹੋਣੀ ਹੋਈ ਹੋਵੇ ਬੰਦੇ ਤੇ ਹਨਾ ਉਹ ਆ ਗਿਆ ਵਿਚਾਰਾ ਚਾਹ ਪੀਂਦਾ ਪੀਂਦਾ ਮੈਂ ਵੀ ਚੱਲ ਜਾਨੀ ਬਾਜ਼ਾਰ ਤੱਕ ਚੱਲ ਜਾਨੀ ਮੈਂ ਰੋਟੀ ਲੈ ਕੇ ਉਹ ਸਬਜ਼ੀ ਰੱਖੀ ਹੁੰਦੀ ਮੈਂ ਲੈ ਜਾਨੀ ਚੌਂਕ ਤੱਕ ਮੈਂ ਵੇਖਦੀ ਨਹੀਂ ਸਾਰਾ ਕੁਝ ਇਹ ਮੁੰਡਾ ਘਰੇ ਆਇਆ ਤੇ ਇਹਨੇ ਫੋਨ ਕਾਰਤਾ ਕਿ ਸ਼ਿਵ ਅੱਜ ਕੱਲਾ ਜੇ ਘਰ ਕੋਈ ਨਹੀਂ ਹੈਗਾ ਇਹਦੀ ਮਾਂ ਵੀ ਨਹੀਂ ਹੈਗੀ ਤੇ ਭੈਣ ਵੀ ਨਹੀਂ ਹੈਗੀ ਆਪਾਂ ਰਸਤੇ 'ਚੋਂ ਆਉਂਦੇ ਆ ਮੁੰਡੇ ਦਾ ਫੋਨ ਮੰਮੀ ਆ ਜਾ ਮੰਮੀ ਆ ਜਾ ਮੇਰਾ ਕਤਲ ਹੋ ਜਾਣਾ ਇਹਨਾਂ ਨੇ ਫੋਨ ਗੈਪ ਕਰ ਲਿਆ ਉਹ ਵੀ ਅਮਰਜੀਤ ਨੇ ਕੀਤਾ ਏ ਐਸਐਚਓ ਨੇ ਜਿਹੜਾ ਚੌਂਕੀ ਵਾਲਾ ਠੀਕ ਹੈ ਉਹ ਕਹਿੰਦਾ ਮੈ ਕੋ ਫੋਨ ਨਹੀਂ ਹੈਗਾ ਲੇਕਿਨ ਮੇਰੇ 20000 ਦਾ ਭਰਾ ਮੇਰਾ ਚਲੋ ਚਲ ਗਿਆ ਵਾ ਠੀਕ ਹੈ ਉਹਦੀ ਸਾਰੀ ਰਿਕਾਰਡਿੰਗਾਂ ਇਹਨਾਂ ਨੇ ਸਭ ਤੋਂ ਪਹਿਲਾਂ ਜ਼ਬਤ ਕੀਤਾ ਫੋਨ ਫਿਰ ਇਹਨੂੰ ਮਾਰਦੇ ਰਹੇ ਮਾਰਦੇ ਰਹੇ ਪਾਣੀ ਮੰਗਦਾ ਰਿਹਾ ਮੇਰੇ ਭਰਾ ਨੂੰ ਕਿਸੇ ਨੇ ਨਹੀਂ ਪੁੱਛਿਆ ਜਦੋਂ ਆਪਾਂ ਤੱਕ ਆਏ ਆ ਤੇ ਉਹ ਮੁੰਡਾ ਹਸਪੀਟਲ ਪਹੁੰਚ ਗਿਆ ਅੱਛਾ ਇੱਕ ਇੱਕ ਹੋਰ ਵੀਡੀਓ ਹੈਗੀ ਜਿਹਦੇ ਵਿੱਚ ਮਾਰਦੇ ਪੈ ਰਹੇ ਹਨੇਰੇ ਵਿੱਚ ਕੀ ਉਹ ਦੋ ਦਿਨ ਪਹਿਲਾਂ ਦੀ ਹੈ ਤਿੰਨ ਦਿਨ ਪਹਿਲਾਂ ਜਦੋਂ ਆਪਾਂ ਲੈ ਕੇ ਆਏ ਸੀ ਨਾ ਜੇਲ੍ਹ ਚੋਂ ਪਰ ਤਾਪਨਗਰ ਜੇਲ੍ਹ ਚ 200 ਰੁਪਇਆ ਕਹਿੰਦੇ ਕੈਸ਼ ਚਲਦੀ ਅੱਜਕੱਲ ਉਹ ਨਹੀਂ ਚਲਦਾ ਹਨਾ ਜਿਸ ਤਰ੍ਹਾਂ ਦਾ ਮਤਲਬ ਮੈਂ ਸਮਝ ਗਿਆ ਕਿ ਇਨ੍ਹਾਂ ਇਸ ਲੜਕੇ ਵੱਲੋਂ ਜਦੋਂ ਆਪਣੀ ਭੈਣ ਜਦੋਂ ਦੀ ਮੌਤ ਹੁੰਦੀ ਹੈ ਤਾਂ ਝਗੜਾ ਕੀਤਾ ਜਾਂਦਾ ਹੈ ਝਗੜਾ ਕਰਦਾ ਹੈ ਤਾਂ ਇਹਦੇ ਵੱਲੋਂ ਵੀ ਉਹਨਾਂ ਨੂੰ ਸੱਟ ਮਾਰ ਦਿੱਤੀ ਜਾਂਦੀ ਹੈ ਸ਼ਿਵਮ ਵੱਲੋਂ ਵੀ ਤਾਂ ਉਸ ਤੋਂ ਬਾਅਦ ਜੇਲੇ ਚਲਾ ਜਾਂਦਾ ਜਿੱਦਾਂ ਹੀ ਜੇਲ੍ਹ ਤੋਂ ਛੁੱਟਦਾ ਹੈ ਤਾਂ ਦੋ ਦਿਨ ਉਹ ਆਪਣੇ ਕੋਲ ਰੱਖਦੇ ਆ ਮਾਰਦੇ ਘੋਟਦੇ ਆ ਹਾਂਜੀ 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 ਬਹੁ ਮਾਰਿਆ ਇੰਨੇ ਮੈਂ ਤੇ ਫਿਰ ਵੀ ਡਗੜ ਡਗੜ ਕਰਦੀ ਪੁਲਸ ਆਈ ਜਦੋਂ ਮੇਰੇ ਭਰਾ ਦਾ ਕਤਲ ਹੋਇਆ ਇੱਕ ਪੁਲਸ ਵਾਲਾ ਆ ਮੈਂ ਪੁਲਸ ਨੂੰ ਅੱਗ ਲਾਣੀ ਆ ਜਦ ਕੰਮ ਹੀ ਨਹੀਂ ਕਰ ਸਕਦੇ ਕੋਈ ਬਾਜੀ ਉਹਨੇ ਕਤਲ ਨਹੀਂ ਕੀਤਾ ਲਕੀ ਦਾ ਕਤਲ ਨਹੀਂ ਕੀਤਾ ਉਹਨੇ ਫੇਰ ਵੀ ਆਇਆ ਉਹ ਠੀਕ ਹੈ ਉਹਨੇ ਜਦੋਂ ਹੱਥ ਜੋੜਤੇ ਨਾ ਸ਼ਿਵਾ ਨੇ ਛੱਡ ਤਾ ਉਹਨੂੰ ਕਿ ਚਲੋ ਤਰਸ ਆ ਜਾਂਦਾ ਕਿ ਇਹਨੂੰ ਆ ਤੇ ਮੱਲੇ ਵਾਲਿਆਂ ਨੇ ਕਿ ਇਹਨੇ ਕੁਝ ਉਹ ਬੋਲ ਕੇ ਵੇਖ ਦੇ ਰਹੇ ਆ ਕਿ ਕਦੋਂ ਇਹਦੀ ਮੌਤ ਹੋਵੇ ਜਿਹਨੇ ਖਰਾਬ ਕਰ ਗਿਆ ਦੀ ਮਾਂ ਇੱਕ ਦਿਨ ਨਾਲ ਫੋਟੋ ਲਾ ਕੇ ਬੈਠੀ ਪੁੱਤ ਦੀ ਇਨਸਾਫ ਮਿਲਿਆ ਕੁਝ ਨਹੀਂ ਹਾਲੇ ਤੱਕ ਨਹੀਂ ਕੋਈ ਮਿਲਿਆ ਹਾਲੇ ਤੱਕ ਨਹੀਂ ਮਿਲਿਆ ਹੱਲੇ ਪੂਰੇ ਬੰਦੇ ਫੜੇ ਨਹੀਂ ਗਏ ਪੁਲਿਸ ਵਾਲਿਆਂ ਦੇ ਕੋਲੋਂ ਬਸ ਜਿਹੜੇ ਕਿਨਾਂ ਲੈਂਦੇ ਨੇ ਜਿਆਦੇ ਬੰਦੇ ਛਾਤਰ ਹੀ ਉਹਨਾਂ ਨੂੰ ਹੱਲੇ ਫੜਿਆ ਨਹੀਂ ਇਹਨਾਂ ਨੇ ਰੋਜ਼ ਕਹਿ ਦਿੰਦੇ ਨੇ ਕਿ ਕੋਸ਼ਿਸ਼ ਕਰਦੇ ਪਿਆ ਕੋਸ਼ਿਸ਼ ਕਰਦੇ ਪਿਆ ਜਦੋਂ ਗੱਲ ਠੰਡੀ ਪੈ ਜਾਣੀ ਹੈ ਤੇ ਫਿਰ ਇਹਨਾਂ ਨੇ ਬਿਲਕੁਲ ਕੰਮ ਠੰਡਾ ਕਰ ਦੇਣਾਵੇਂ ਤੇ ਆਪਾਂ ਗੱਲ ਠੰਡੀ ਪੈਣ ਨਹੀਂ ਦੇਣੀ ਚਾਹੀਏ ਜੋ ਮਰਜ਼ੀ ਹੋ ਜਾਵੇ ਕਿਉਂਕਿ ਬੇਟਾ ਜਿਹੜਾ ਸਾਡਾ ਚਲੇ ਗਿਆ ਚਲੋ ਉਹ ਤਾਂ ਦੁਨੀਆਂ 'ਚ ਨਹੀਂ ਵਾਪਸ ਆਣਾ ਪਰ ਇੱਕ ਵਾਰੀ ਆਹੀ ਅੱਗੋਂ ਲਾਕੇ ਨੂੰ ਵੀ ਪਿੰਡ ਵਾਲਿਆਂ ਨੂੰ ਹਰ ਗਵਾਂਡ ਨੂੰ ਵੀ ਇਹ ਦੱਸ ਦਵਾਂਗੇ ਕਿ ਜਦੋਂ ਵੀ ਕੋਈ ਕਿਸੇ ਨਾਲ ਜ਼ਿਆਸਤੀ ਕਰਦਾ ਉਹਨੂੰ ਇੱਟ ਦਾ ਜਵਾਬ ਪੱਥਰ ਜ਼ਰੂਰ ਦੇਣਾ ਚਾਹੀਏ ਜੋ ਮਰਜ਼ੀ ਹੋ ਜਾਵੇ ਕਿਉਂਕਿ ਜੇ ਕੋਈ ਇੱਕ ਖੂਨ ਕਰਦਾ ਨਾ ਤੇ 10 ਖੂਨ ਕਰਨਾ ਹੀ ਕਰਨੇ ਨੇ ਚਾਹੇ ਕੋਈ ਨਹੀਂ ਕਿਉਂਕਿ ਸਜ਼ਾ ਤਾਂ ਇੱਕੋ ਹੀ ਮਿਲਣੀ ਹੈ ਜਦੋਂ ਵੀ ਆਪਾਂ ਕੋਈ ਵੀ ਗੁਨਾਹ ਕਰਦੇ ਆ ਉਹਦਾ ਆਪਾਂ ਸੋਚਦੇ ਥੋੜੀ ਗੁਨਾਹ ਕਰਕੇ ਪਤਾ ਲੱਗਦਾ ਕਿ ਵਾਕੇ ਹੀ ਅਹੀ ਮਾੜਾ ਕੀਤਾ ਜਾਂ ਚੰਗਾ ਕੀਤਾ ਬਾਕੀ ਸਾਨੂੰ ਕਿਸੇ ਗੱਲ ਦਾ ਕੋਈ ਲਾਲਚ ਨਹੀਂ ਹੈਗਾ ਅਸੀਂ ਆਪਣੇ ਮੁੰਡੇ ਦਾ ਇਨਸਾਫ ਲੈਣਾ ਤੇ ਲੈਣਾ ਠੋਕ ਕੇ ਆ ਨਹੀਂ ਕਿ ਕਿਸੇ ਦੇ ਹੀ ਦਬ ਦਬਾਚ ਆਣ ਕੇ ਗੱਲ ਕਰਦੇ ਪਏ ਆ ਤਾਂ ਜਾਂ ਸਾਨੂੰ ਕੋਈ ਕਹਿੰਦਾ ਪਿਆਵੇ ਕਿ ਤੁਸੀਂ ਇਹ ਬੋਲੋ ਕਿਉਂਕਿ ਮੈਂ ਮਾਂ ਆਂ ਮੈਂ ਜਨਮ ਦਿੱਤਾ ਉਹਨੂੰ ਮਿੰਨੋ ਪਤਾ ਜਿੱਦਾਂ ਮੈਂ ਆਪਣੇ ਪੁੱਤਰ ਤੋਂ ਵਗੈਰਾ ਟਾਈਮ ਪਾਸ ਕਰਦੀ ਪਈ ਆ ਬਿਲਕੁਲ ਵੱਡੀ ਗੱਲ ਹੈ ਏ ਐਨਏ ਤਾਂ ਦੁੱਖ ਬੋਲਦਾ ਪਿਆ ਕਿ ਜੇਕਰ ਇੱਕ ਕਤਲ ਕਰੋਗੇ ਤਾਂ ਸਾਨੂੰ 10 ਅਸੀਂ ਕਰਾਂਗੇ ਗਾਂ ਕਾ ਜਾ ਕੇ ਇਹ ਬੰਦਾ ਗੱਲ ਉਦੋਂ ਕਹਿੰਦਾ ਜਦੋਂ ਕਾਨੂੰਨ ਵੱਲੋਂ ਇਨਸਾਫ ਨਹੀਂ ਮਿਲਦਾ ਤਾਂ ਬੰਦਾ ਕਹਿੰਦਾ ਫਿਰ ਮੈਂ ਇਨਸਾਫ ਆਪ ਹੀ ਲੈ ਲੈਣਾ ਤਾਂ ਇਹੋ ਹੀ ਕਾਰਨ ਹੈ ਜਿਹੜਾ ਆਮ ਬੰਦਾ ਉਹ ਵੀ ਕਿਤੇ ਨਾ ਕਿਤੇ ਕ੍ਰਿਮੀਨਲ ਬਣ ਜਾਂਦਾ ਤਾਂ ਹੁਣ ਤੱਕ ਪੁਲਿਸ ਵੱਲੋਂ ਤੁਸੀਂ ਜਾਣਦੇ ਜੇ ਪੁਲਿਸ ਨੇ ਕੀ ਕਿਹਾ ਤੁਹਾਨੂੰ ਹੁਣ ਕੋਕਣੀ ਆਪਾਂ ਆਪੇ ਸਾਹਮਣੇ ਕਿ ਕੀ ਸਾਹਮਣਾ ਵਾ ਜੇ 8 ਬੰਦੇ ਹੀ ਤੂੰ 2 ਜਾਨੇ ਉਦਨ ਦੇ ਫੜੇ 18 ਦੇ ਮੈਂ 18 ਦਿਨ ਹੋ ਗਏ ਆ ਸ਼ਿਵਾ ਨੂੰ ਠੀਕ ਹੈ ਤੂੰ 2 ਜਾਨੇ ਫੜੇ ਜੇ ਬਾਕੀਆਂ ਦਾ ਕੋਲ ਸੀਲ ਕਰੋ ਇਹਨਾਂ ਦੇ ਮਕਾਨ ਸੀਲ ਕਰੋ ਮਕਾਨ ਸੀਲ ਕਿਉਂ ਨਹੀਂ ਕਰ ਰਹੇ ਉਹ ਆਪਣਾ ਤਾਲਾ ਮਾਰਦੇ ਰਾਤ ਨੂੰ ਆ ਜਾਂਦੇ ਆ ਸਾਡਾ ਬੈਕ ਤੇ ਮਕਾਨ ਹੈ ਠੀਕ ਹੈ ਆਪਾਂ ਜਾ ਨਹੀਂ ਸਕਦੇ ਮੱਲੇ ਚ ਕਦੀ ਵੀ ਨਹੀਂ ਜਾ ਸਕਦੇ ਆਪਾਂ ਠੀਕ ਹੈ ਕਾਰਵਾਈ ਆਪਾਂ ਪੂਰੀ ਨਹੀਂ ਕਰ ਸਕਦੇ ਇਹ ਪੁਲਿਸ ਦਾ ਕੰਮ ਹੈ ਜੇ ਪੁਲਿਸ ਨਾ ਅੱਗੇ ਵਧੀ ਮੈਂ ਕਮਿਸ਼ਨਰ ਤੱਕ ਜਾਊਂਗੀ ਮੈਂ ਸੀਆਈਡੀ ਤੱਕ ਜਾਊਂਗੀ ਜਿੰਨੀ ਮੇਰੀ ਹਿੰਮਤ ਆ ਠੀਕ ਹੈ ਮਾਤਾ ਜੀ ਰਿਸ਼ਤਾ ਵੀ ਕਹਿੰਦੇ ਹੋ ਗਿਆ ਸੀ ਸਾਰਾ ਕੋਸ਼ਿਸ਼ ਕੀਤਾ ਸੀ ਉਹਦੀ 10 12 ਦਿਨਾਂ ਤੱਕ ਮੈਰਿਜ ਹੈਗੀ ਸੀ ਉਹਦੀ ਹਾਂਜੀ ਮੈਰਿਜ ਹੈਗੀ ਸੀ ਉਹਦੀ ਕਿਹਨਾਂ ਲੈਂਦੇ ਨੇ ਤਾਂ ਬਸ ਮੈ ਮੈਰੇ ਤੋਂ ਬਾਅਦ ਅਸੀਂ ਤਾਂ ਕਿਹਾ ਸੀ ਕਿ ਹਾਂ ਜੀ ਕਿਤੇ ਅਸੀਂ ਤਾਂ ਕਿਹਾ ਸੀ ਕਿ ਚਲੋ ਜੇ ਕੋਈ ਗੱਲਬਾਤ ਹੈ ਵੀ ਤੁਸੀਂ ਬੈਠ ਕੇ ਸਾਡੇ ਨਾਲ ਕੋਈ ਗੱਲਬਾਤ ਕਰ ਲਓ ਪਰ ਸਾਨੂੰ ਥੋੜਾ ਇਸ ਗੱਲ ਦਾ ਪਤਾ ਸੀ ਕਿ ਇਹਨਾਂ ਨੇ ਮੈਰਿਜ ਉਹਦੀ ਹੋਣ ਹੀ ਨਹੀਂ ਦੇਣੀ ਪਹਿਲਾਂ ਤੇ ਇਹਨਾਂ ਨੇ ਜਦੋਂ ਬਾਈਕ ਖੋਲੀਏ ਕਿ ਨਾਲ ਲੈਂਦੇ ਨੇ ਪੁਲਿਸ ਵਾਲਿਆਂ ਨੇ ਤੇ ਉਹਨੂੰ ਬਾਈਕ ਨਹੀਂ ਸੀ ਦੇਂਦੇ ਇਹ ਆਏ ਸਾਡੇ ਘਰ ਪੁਲਿਸ ਵਾਲੇ ਇਹਨਾਂ ਨੂੰ ਕੋਈ ਸਾਡੇ ਕੋਲੋਂ ਹਥਿਆਰ ਨਹੀਂ ਲੱਭਾ ਜਦੋਂ ਹਥਿਆਰ ਨਹੀਂ ਲੱਭਾ ਠੀਠ ਹੋ ਗਏ ਕਿ ਹੁਣ ਆਪਾਂ ਕੀ ਕਰੀਏ ਇਹਨਾਂ ਨੇ ਚਾਬੀ ਲਈ ਸਾਡੇ ਕੋਲੋਂ ਬਾਈਕ ਦੀ ਤੇ ਬਾਈਕ ਸਾਡੀ ਲੈ ਕੇ ਚਲੇ ਗਏ ਪਿਆਰ ਮੁੰਡੇ ਨੂੰ ਜਮਾਨਤ ਦੇ ਲਿਆਂਦਾ ਤਾਂ ਮੁੰਡਾ ਸਾਡਾ ਵੇਲਾ ਇਸ ਕਰਕੇ ਸੀ ਕਿਉਂਕਿ ਬਾਈਕ ਹੁੰਦੀ ਤਾਂ ਉਹਦਾ ਕੰ ਦਾ ਗਲੀ ਗਲੀ ਜਾਣਾ ਹੁੰਦਾ ਸੀ ਉਹਨੇ ਤੇ ਬਾਈਕੇ ਕਰਕੇ ਉਹ ਘਰ ਬੈਠਾ ਰਿਆ ਘਰ ਦੇ ਵਿੱਚ ਟੈਨਸ਼ਨ ਲੈ ਲਈ ਉਹਨੇ ਫਿਰ ਉਹਨੇ ਹਾਰ ਕੇ ਕਿਹਾ ਕਿ ਮੈਂ ਕੁਝ ਕਰਤੇ ਸਕਦਾ ਨਹੀਂ ਤੇ ਇਸ ਕਰਕੇ ਫਿਰ ਉਹਨੇ ਕਿ ਨਾਲ ਬਿਲਕੁਲ ਬਿਲਕੁਲ ਆ ਭੈਣ ਵੇਖੋ ਬਾਹਰ ਬਾਈਕ ਦੇ ਕੋਲ ਚਲੀ ਗਈ ਆ ਤਾਂ ਰੋਣਾ ਇਸ ਕਰਕੇ ਆਂਦਾ ਪਿਆ ਕਿ ਇਨਸਾਫ ਕਦੋਂ ਮਿਲੇਗਾ ਕਿਸ ਤਰ੍ਹਾਂ ਮਿਲੇਗਾ ਤਾਂ ਇਹ ਬਾਈਕ ਦੇਖੋ ਇਹ ਬਾਈਕ ਇਹੋ ਹੀ ਬਾਈਕ ਜਿਹੜੀ ਆ ਸਵਾਰ ਹੋ ਕੇ ਸ਼ਿਵਮ ਜਿਹੜਾ ਸੀ ਉਹ ਆਪਣੇ ਕਾਰੋਬਾਰ ਤੇ ਜਾਂਦਾ ਸੀ ਕੀ ਕਰਨਾ ਇਹਨੂੰ ਮੁੰਡਾ ਕਿੱਥੋਂ ਤੱਕ ਚਾਟੀਵੜ ਤੱਕ ਮੋਟਰਸਾਈਕਲ ਪਹੁੰਚਾਉਂਦੇ ਰਹਿ ਗਈ ਮੈਂ ਮਰ ਜਾ ਇਹਨਾਂ ਨੇ ਛੱਡਿਆ ਨਹੀਂ ਹੋਏ ਰੋਗੀ ਕਰੂੰਗੀ ਇਹ ਮੇਰੇ ਬਜਾਟ ਵੀ ਨਹੀਂ ਮੋਟਰਸਾਈਕਲ ਦੀ ਮੁੰਡਾ ਪੈ ਦਬ ਜਾਂਦਾ ਰਹਿਣਿਆ ਹੋਇਆ ਮਾਰਿਆ ਨੂੰ ਇਸ ਰਫਾ ਸ਼ਿਵਰਾਹੀ ਪੂਤਲੀ ਹੋਦਾ ਹਲੇ ਕਿਸ਼ਤਾਂ ਦੇਣ ਵਾਲੀਆਂ ਕਿੱਥੋਂ ਦਊਂਗੀ ਮੇਰੇ ਕੋਲ ਪੈਸਾ ਵੀ ਨਹੀਂ ਕੋਈ ਅਗਾ ਮੁੰਡਾ ਵੇਲੇ ਮਿੱਟੀ ਇੰਨੀ ਭੈੜੀ ਮੁੰਡਾ ਪੈਲੀ ਚ ਨੰਗਿਆ ਪੈਲੀ ਚ ਘਟ ਘਟ ਕੇ ਚਾਟੀ ਮੇੜ ਤੱਕਿਆ ਜੀ ਮੋਟਰਸਾਈਕਲ ਤੇ ਭੱਜਿਆ ਸੀ ਇੱਥੋਂ ਨਿਕਲਿਆ ਸੀ ਮੋਟਰਸਾਈਕਲ ਤੇ ਆਪਣੀ ਜਾਨ ਬਚਾ ਲਈ ਹੋ ਹੋ ਜਿੱਦਾਂ ਇਹਨੂੰ ਕੁੱਟਿਆ ਸੀ ਉਦੋਂ ਹੀ ਵਿਚਾਰਾ ਮੋਟਰਸਾਈਕਲ ਲਾ ਕੇ ਪਤਾ ਨਹੀਂ ਕਿੱਥੇ ਕਿੱਥੇ ਨਾ ਤੇ ਵਿਚਾਰਾ ਪੁੜਕਦਾਰ ਆ ਵੇਖੋ ਮਿੱਟੀ ਤਨ ਵੇਖ ਨਹੀਂਦੀ ਹੂੰ ਏ ਮੈਂ ਕੰਦੀ ਨੇ ਸ਼ਿਵਾ ਤੁ ਕਰਿਆ ਜੈ ਤੈਨੂੰ ਕੋਈ ਨਹੀਂ ਕੋ ਕਹਿੰਦਾ ਮੈਂ ਹੈ ਕਿ ਨਾ ਕੋਈ ਨਹੀਂ ਕੋ ਕਹਿੰਦਾ ਤੈਨੂੰ ਨਹੀਂ ਆਣੂ ਤੈਨੂੰ ਇਹਨਾਂ ਨੇ ਕਿ ਤੇਰਾ ਕਤਲ ਕਰ ਦੇਣਾ ਇਹਨਾਂ ਨੇ ਇੰਨਾ ਕਤਲ ਹੋ ਗਿਆ ਕਿਤੇ ਗਾਜਨ ਮੂਰੀ ਹੋਗੀ ਕਿਤੇ ਆਮੀ ਕਤਲ ਕਰ ਦੇਣਗੇ ਆ ਯਾਰ ਬਾਲੇ ਦੇ ਕਿਸ ਤਵਾਦੀਆਂ ਵਿਚ ਆੜ ਨਵਾਂ ਮੋਟਰਸਾਈਕਲ ਲੈ ਆਉਂਦਾ ਹੀ ਬਿਲਕੁਲ ਦੇਖੋ ਤਿੰਨ ਚਾਰ ਭੈਣਾਂ ਦਾ ਇੱਕੋ ਇੱਕ ਭਰਾ ਸੀ ਜਿਹਦਾ ਕਤਲ ਹੋ ਗਿਆ ਅੱਜ ਪਿਓ ਦੇ ਬਾਹਾਂ ਦੇ ਵਿੱਚ ਤੇ ਪੈਰ ਲੱਤਾਂ ਦੇ ਵਿੱਚ ਪਲੇਟਾਂ ਪਈਆਂ ਨੇ ਸ਼ਾਇਦ ਉਹ ਵੀ ਫ੍ਰੈਕਚਰ ਨੇ ਉਹਨਾਂ ਦੀ ਹੱਡੀ ਹੋਈ ਸੀ ਫ੍ਰੈਕਚਰ ਤਾਂ ਉਹ ਵੀ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਨੇ ਕਮਾਈ ਨਹੀਂ ਕਰ ਸਕਦੇ ਪਰ ਦੂਜੇ ਪਾਸੇ ਜਦੋਂ ਇਹ ਹਾਲਾਤ ਦੇਖਦੇ ਪਿਆ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਸ ਤਰ੍ਹਾਂ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਲਗਾਤਾਰ ਦੇਖ ਸਕਦੇ ਹੋ ਕਿ ਰੋਜ਼ ਗੋਲੀਆਂ ਚੱਲਦੀਆਂ ਨੇ ਜਾਨੋ ਮਾਰਨ ਦੀਆਂ ਕੋਸ਼ਿਸ਼ਾਂ ਚੱਲਦੀਆਂ ਪਈਆਂ ਨੇ ਡਕੈਤੀਆਂ ਚੋਰੀਆਂ ਆਮ ਹੋ ਚੁੱਕੀਆਂ ਲੱਗਦਾ ਪਿਆ ਅੰਮ੍ਰਿਤਸਰ ਨੂੰ ਕ੍ਰਾਈਮ ਸਿਟੀ ਦਾ ਨਾਮ ਦੇ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਘਟਨਾਵਾਂ ਵਾਪਰਦੀਆਂ ਵੀਡੀਓ ਤੁਸੀਂ ਜਿਹੜੀ ਦੇਖਦੇ ਪਏ ਜੇ ਉਹਦੇ ਵਿੱਚ ਦੇਖਣ ਤੋਂ ਬਾਅਦ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਬੇਰਹਿਮੀ ਦੇ ਨਾਲ ਇਸ ਨੌਜਵਾਨ ਦਾ ਕਤਲ ਕੀਤਾ ਜਾਂਦਾ ਜੇਕਰ ਖੁੰਧਕ ਹੈ ਤੁਹਾਡੇ ਦਿਲ ਦੇ ਵਿੱਚ ਤੁਸੀਂ ਥੋੜਾ ਬੋਧਾ ਮਾਰਕਟ ਸਕਦੇ ਜ਼ਰੂਰੀ ਨਹੀਂ ਹੈ ਕਿ ਕਤਲ ਕਰਨ ਦੇ ਨਾਲ ਹੀ ਸਾਰੇ ਹੱਲ ਹੁੰਦੇ ਨੇ ਕਤਲ ਕਰ ਦਿੱਤਾ ਗਿਆ ਚਾਰ ਪੈਣਾ ਸੀ ਇਕੱਲਾ ਕਲਾ ਭਰਾ ਸੀ ਮਾਪੇ ਜਿਹੜੇ ਨੇ ਉਸ ਨੌਜਵਾਨ ਦੇ ਸਿਰ ਦੇ ਉੱਤੇ ਉਡਾਰੀਆਂ ਮਾਰਦੇ ਸਨ ਰਿਸ਼ਤਾ ਹੋਇਆ ਸੀ 15 ਦਿਨ ਬਾਅਦ ਉਹਦਾ ਵਿਆਹ ਸੀ ਤੇ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਇੱਕਦਮ ਦੇ ਇੱਕਦਮ ਗਮ ਦੇ ਵਿੱਚ ਤਬਦੀਲ ਹੋ ਗਈਆਂ ਦੇਖਦੇ ਆ ਕਿ ਪੁਲਿਸ ਨੇ ਹੁਣ ਇਸ ਸਾਰੇ ਮਾਮਲੇ ਦੇ ਉੱਤੇ ਕੀ ਕਾਰਵਾਈ ਕੀਤੀ ਹੈ ਤਾਂ ਕਿੰਨੇ ਜਾਣੇ ਅरेस्ट ਕੀਤੇ ਨੇ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਕਾਰਵਾਈ ਕੀ ਕੀਤੀ ਆ ਪੁਲਿਸ ਅਧਿਕਾਰੀ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਮਾਮਲਾ ਦੱਸੋ ਮਾਮਲਾ ਕੀ ਆ ਮਾਮਲਾ ਜੀ ਮਿਤੀ 2/9/2022 ਨੂੰ ਸਾਨੂੰ ਇਤਲਾਹ ਮਿਲੀ ਕਿ ਸ਼ਿਵ ਕੁਮਾਰ ਨਾਂ ਦੇ ਲੜਕੇ ਨੂੰ ਕੋਈ ਖਾਲਸਾ ਨਗਰ ਵਿੱਚ ਲੜਕੇ ਕੁੱਟਮਾਰ ਕਰ ਰਹੇ ਆ ਅਸੀਂ ਮੌਕੇ ਤੇ ਪੁੱਜੇ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਉਸ ਨੂੰ ਕਰਨਾਨਕਾ ਹਸਪਤਾਲ ਚ ਦਾਖਲ ਕਰਾਇਆ ਇੱਥੇ ਦਰਾਨੇ ਇਲਾਜ ਉਹਦੀ ਡੈਥ ਹੋ ਗਈ ਦਾਤਰਾਂ ਨਾਲ ਉੱਤੇ ਵਾਰ ਕੀਤੇ ਸੀ ਮੌਕੇ ਤੇ ਅਸੀਂ ਦਾਤਰ ਵੀ ਬਰਾਮਦ ਕੀਤੇ ਆ ਤੇ ਕੁੱਲ ਸੱਤ ਦੋਸ਼ੀਆਂ ਤੇ ਅਸੀਂ ਮੁਕਦਮਾ ਦਰਜ ਕੀਤਾ ਆ ਅੱਛਾ ਸਰ ਪਹਿਲਾਂ ਕਹਿੰਦੇ 2 ਦਿਨ ਪਹਿਲਾਂ ਉਹਨੂੰ ਚੱਕ ਕੇ ਲੈ ਗਏ ਸੀ ਮਾਰਕੁੱਟ ਕਰਦੇ ਰੇ ਉਹ ਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਜਿਹਦੇ ਵਿੱਚ ਮਾਰਦੇ ਪਏ ਨੇ ਉਹਨੂੰ ਕੁੱਟਦੇ ਪਏ ਨੇ ਕਾਫੀ ਉਸ ਸੰਬੰਧੀ ਸਾਨੂੰ ਕਿ ਕਿਸੇ ਨੇ ਕੋਈ ਇਤਲਾ ਨਹੀਂ ਦਿੱਤੀ ਸੀ ਨਾ ਹੀ ਸਾਨੂੰ ਕੋਈ ਉਹਦੇ ਬਾਰੇ ਪਤਾ ਉਹਦੇ ਬਾਰੇ ਬਾਅਦ ਵਿੱਚ ਪਤਾ ਚੱਲਿਆ ਜੀ ਅੱਛਾ ਕਿੰਨੇ ਜਣੇ ਸੱਤ ਜਣੇ ਦੇ ਮਾਮਲੇ ਦਰਜ ਕੀਤਾ ਸੱਤ ਜਣੇ ਦੇ ਦਰਜ ਕੀਤਾ ਜੀ ਤਾਂ ਗ੍ਰਿਫਤਾਰ ਕਿੰਨੇ ਜਣੇ ਹੋਏ ਇਹਦੇ ਵਿੱਚੋਂ ਇਹਦੇ ਵਿੱਚ ਦੋ ਦੋਸ਼ੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਜੀ ਮੁੱਖ ਦੋਸ਼ੀ ਜਿਹੜੇ ਪਵਨ ਕੁਮਾਰ ਉਰਫ ਬੌਕਸਰ ਤੇ ਰਮਨ ਕੁਮਾਰ ਉਰਫ ਗੁੱਲੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਤੇ ਇਹਨਾਂ ਕੋਲੋਂ ਦਾਤਰ ਵੀ ਵਾਰਦਾਤ ਜਿਹੜੇ ਵਰਤੇ ਆ ਖੂਨ ਨਾਲ ਲਿਬੜੇ ਹੋਏ ਦਾਤਰ ਬਰਾਮਦ ਕਰ ਲਿਆ ਜੀ ਬਾਕੀ ਇਹਨਾਂ ਵਿੱਚ ਮੇਨ ਦੋਸ਼ੀ ਹੋਰ 7-5 ਜਾਣੇ ਹੋਰ ਦੋਸ਼ੀ ਭੱਜੇ ਹੋਏ ਕਰੋ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਆ ਵਜਾ ਇਹਨਾਂ ਨੂੰ ਦੱਸੀ ਸੀ ਕਤਲ ਕਰਨ ਦੀ ਕਿ ਵਜਾ ਕੀ ਸੀ ਕਿਉਂ ਇਹਨਾਂ ਨੇ ਕਤਲ ਕੀਤਾ ਇਸ ਨੌਜਵਾਨ ਦਾ ਵਜਾ ਇਹ ਸ਼ੇਵ ਕੁਮਾਰ ਨੇ ਥੋੜੇ ਦਿਨ ਪਹਿਲਾਂ ਲੱਕੀ ਜਿਹੜਾ ਇਹ ਮੇਨ ਦੋਸ਼ੀ ਜਿਹੜੇ ਪਵਨ ਕੁਮਾਰ ਹੁਣੀ ਆ ਉਹਨਾਂ ਦੇ ਭਰਾ ਲੱਕੀ ਨੂੰ ਦਾਤਰ ਨਾਲ ਸੱਟਾਂ ਮਾਰੀਆਂ ਸੀ ਤੇ ਉਹ ਹਸਪੀਟਲ ਵਿੱਚ ਐਡਮਿਟ ਸੀ ਗੁਰ ਨਾਨਕ ਦੇਵ ਹਸਪੀਟਲ ਵਿੱਚ ਤੇ ਉਸੇ ਰੰਜਿਸ਼ ਕਰਕੇ ਨੇ ਇਹਨਾਂ ਨੇ ਉਹਨੇ ਦਾਤਰ ਕਿਉਂ ਮਾਰੇ ਇਹਦੇ ਬਾਰੇ ਕੋਈ ਉਨੇ ਦਾਤਰ ਇਹਨਾਂ ਦਾ ਕੋਈ ਪੁਰਾਣਾ ਇਹਦੀ ਜਿਹੜਾ ਲੱਕੀ ਵਿਅਕਤੀ ਸੀ ਇਹਦੀ ਸਿਸਟਰ ਨਾਲ ਕੋਈ ਇਹਦੀ ਗੱਲਬਾਤ ਹੋਏਗੀ ਇਹਦੇ ਬਾਰੇ ਚੰਗੀ ਤਰ੍ਹਾਂ ਜੇ ਨਹੀਂ ਸਾਨੂੰ ਪਤਾ ਮੇਰੇ ਮੇਰੇ ਤੱਕ ਜਿਹੜੀ ਨੋਲਿਜ ਪਹੁੰਚੀ ਆ ਕਿ ਜਿਹੜਾ ਲੱਕੀ ਆ ਉਹ ਇਹ ਸ਼ਿਵਮ ਦੀ ਭੈਣ ਦੇ ਨਾਲ ਉਹਦਾ ਤਾਲਮੇਲ ਸੀ ਠੀਕ ਹੈ ਤਾਂ ਉਸ ਤੋਂ ਬਾਅਦ ਕਹਿੰਦੇ ਕਿ ਉਹ ਲੜਕੀ ਨੇ ਜ਼ਹਿਰ ਖਾ ਲਿਆ ਸੀ ਜਦੋਂ ਵਿਆਹ ਨਹੀਂ ਸੀ ਹੋਇਆ ਤਾਂ ਉਸ ਉਹ ਹੀ ਰੰਜੀ ਚੱਲਦੀ ਵੀ ਕੀ ਇਹੋ ਹੀ ਸਹੀ ਹੈ ਹਾਂਜੀ ਕਹ ਤੇ ਮਦਈ ਪਾਰਟੀ ਇਹ ਹੋ ਰਹੀ ਹੈ ਪਰ ਜਦੋਂ ਉਹਨੇ ਜ਼ਹਿਰ ਖਾਦਾ ਸੀ ਉਦੋਂ ਕੋਈ ਇਹ 10 ਸਾਲ ਪੁਰਾਣੀ ਗੱਲ ਹੈ ਜੀ 10 ਸਾਲ ਨੇ 10 ਸਾਲ ਪੁਰਾਣੀ ਹੈ ਜੀ 10 ਸਾਲ ਪੁਰਾਣੀ ਗੱਲ ਹੈ ਜੀ 10 ਸਾਲ ਪਹਿਲਾਂ ਉਹਦੀ ਲੜਕੀ ਦਿੱਤ ਪਰ ਕੋਈ ਵੀ ਇੱਥੇ ਕੋਈ ਮਾਮਲਾ ਦਰਜ ਨਹੀਂਗਾ ਤੇ ਕੋਈ ਵੀ ਇਹਦੇ ਸਬੰਧੀ ਕੋਈ ਕਮਦੋਸ਼ੀ ਸਰ ਬਾਕੀ ਗ੍ਰਿਫਤਾਰ ਹੋ ਜਾਈ ਅਸੀਂ ਜਲਤੋ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਆ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕਰ ਰਹੇ ਆ ਤੇ ਜਲ ਤੋਂ ਜਲ ਦੇ ਸਲਾਖਾਂ ਦੇ ਪਿੱਛੇ ਹੋਣਗੇ ਤਾਂ ਬਿਲਕੁਲ ਪੁਲਿਸ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਲ ਤੋਂ ਜਲ ਜਿਹੜੇ ਦੋਸ਼ੀ ਨੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤੇ ਜਾਣਗੇ 7 ਜਾਣਿਆਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਜਿਦੇ ਵਿੱਚੋਂ 2 ਜਾਨੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤੇ ਗਏ ਨੇ ਪਰ ਦੇਖਣਾ ਹੋਏਗਾ ਕਿ ਹੁਣ ਕਦੋਂ ਤੱਕ ਬਾਕੀ ਜਿਹੜੇ ਦੋਸ਼ੀ ਨੇ ਉਹ ਪੁਲਿਸ ਦੀ ਹਿਰਾਸਤ ਵਿੱਚ ਆਉਂਦੇ ਨੇ ਕੈਮਰਾਮੈਨ ਸੰਦੀਪ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ